ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਅਰੀ ਫਾਰਮ ਦੇ ਉੱਤੇ। ਦੋਸਤੋ, ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਹਾਂ, ਪਿੰਡ ਆਦਮਪੁਰਾ, ਤਹਿਸੀਲ ਰਾਮਪੁਰਾ ਫੂਲ ਅਤੇ ਜ਼ਿਲ੍ਹਾ ਬਠਿੰਡਾ। ਅਤੇ ਸਾਹਮਣੇ ਜਿਹੜੀ ਤੁਸੀਂ ਗਾਂ ਦੇਖ ਰਹੇ ਹੋ, ਇਹ ਵਿਕਾਊ ਹੈਗੀ। ਤੀਜਾ ਸੂਆ ਇਸ ਵਾਰ ਸੂਈ ਹੈਗੀ ਅਤੇ ਬੱਚਾ ਤੁਸੀਂ ਸਾਹਮਣੇ ਬੈਠਾ ਦੇਖ ਸਕਦੇ ਹੋ। ਦੋ ਕੁ ਦਿਨ ਹੀ ਹੋਏ ਆ ਹਜੇ ਇਹਨੂੰ ਸੂਈ ਨੂੰ, ਅਤੇ ਜੇਰ ਜੂਰ ਓਕੇ ਆ ਸਾਰਾ ਕੁਛ। ਅਤੇ ਬਾਕੀ ਆਪਾਂ ਜਿਹੜੀ ਡਿਟੇਲ ਹੈਗੀ ਅਤੇ ਥਣ ਥੁਣ ਲੇਵੇ ਦੀ ਪੂਰੀ ਸਾਫ਼ ਹੈਗੀ। ਅਤੇ ਪਸ਼ੂ ਕੇਰਾਂ ਤਾਜ਼ਾ ਸੂਇਆ ਕਰਕੇ ਕੇਰਾਂ ਲਿੱਸਾ ਜਿਹਾ ਹੁੰਦਾ ਗਾ। ਬਾਕੀ ਥੋੜ੍ਹੇ ਘਣੇ ਦਿਨਾਂ ਦੇ ਵਿੱਚ ਸੇਵਾ ਨਾ ਇਹਨੇ ਵਧੀਆ ਬਣ ਜਾਣਾ ਗਾ। 20 ਤੋਂ 22 ਲੀਟਰ ਇਹਨੇ ਦੁੱਧ ਦਿੱਤਾ ਗਾ ਦੂਜੇ ਸੂਏ ਦੇ ਵਿੱਚ। ਘਰ ਦੇ ਕੋਈ ਆ, ਕੋਈ ਵਪਾਰ ਦਾ ਕੰਮ ਨਹੀਂ। ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ, ਉੱਦਾਂ ਹੀ ਪਸ਼ੂ ਰੱਖੇ ਹੋਏ 4-5 ਕੁ, ਅਤੇ ਉਹਨਾਂ ਦੇ ਵਿੱਚੋਂ ਹੀ ਇਹ ਗਾਂ ਵਿਕਾਊ ਕਰੀ ਹੈ। ਅਤੇ ਜਿਹੜਾ ਬੱਚਾ ਗਾ ਉਹ ਵੱਛਾ ਗਾ, ਤੁਸੀਂ ਦੇਖ ਸਕਦੇ ਹੋ ਸਾਹਮਣੇ। ਅਤੇ ਬਾਕੀ ਠੰਡੀ ਸੀਲ ਹੈਗੀ, ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ। ਤੋਰਕੀਨ ਦੇ ਉੱਤੇ ਚੱਲੀ ਜਾਂਦਾ, ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਅਤੇ ਤੁਸੀਂ ਰੇਟ ਕਨਫਰਮ ਕਰ ਸਕਦੇ ਹੋ। ਕਿਉਂਕਿ ਆਮ ਫਾਰਮਰ ਆ, ਕਦੇ ਕਦਾਈ ਕੋਈ ਪਸ਼ੂ ਵੇਚਣਾ ਹੁੰਦਾ ਗਾ, ਕਈ ਵਾਰੀ ਰੇਟ ਦਾ ਪੱਕਾ ਕੋਈ ਕਨਫਰਮ ਨਹੀਂ ਹੁੰਦਾ ਗਾ, ਅਤੇ ਇਸੇ ਲਈ ਰੇਟ ਥੋੜ੍ਹਾ ਘਣਾ ਸੋਚ ਕੇ ਫਿਰ ਉਹ ਰੇਟ ਜਿਹਨੂੰ ਵੀ ਪਸੰਦ ਆਉਂਦੀ ਆ ਫੋਨ ਉਹੀ ਕਰਿਓ। ਅਤੇ ਵੀਡੀਓ ਦੇ ਉੱਤੇ ਤੁਹਾਨੂੰ ਰੇਟ ਮਿਲ ਜੂਗਾ, ਨੰਬਰ ਤੁਸੀਂ ਕੰਟੈਕਟ ਕਰ ਸਕਦੇ ਹੋ, ਜਿਹੜਾ ਸਕਰੀਨ ਦੇ ਉੱਤੇ ਝੱਲੀ ਜਾਂਦਾ ਗਾ। ਜਿਹਨੂੰ ਡਿਟੇਲ ਆਪਾਂ ਤੁਹਾਨੂੰ ਦੁਬਾਰੇ ਦੱਸ ਦਿੰਦੇ ਹਾਂ। ਤੀਜਾ ਸੂਆ ਸੂਈ ਆ, 20 ਤੋਂ 22 ਲੀਟਰ ਦੁੱਧ ਇਹਨੇ ਦਿੱਤਾ ਹੈਗਾ ਦੂਜੇ ਸੂਏ ਦੇ ਵਿੱਚ। ਘਰ ਦਗੋਈ ਹੈਗੀ ਅਤੇ ਬੱਚਾ ਹੈਗਾ ਬੱਚਾ, 2 ਕੁ ਦਿਨ ਹੋਏ ਆ ਸੂਈ ਨੂੰ। ਅਤੇ ਥਾਣ ਲੇਵੇ ਦੀ ਸਾਫ਼ ਆ, ਬਾਕੀ ਠੰਡੀ ਸੀਲ ਹੈਗੀ। ਅਤੇ ਉਨਾ ਕੁ ਦੁੱਧ ਇਸ ਵਾਰ ਵੀ ਦੇ ਦੂਗੀ, ਬਾਕੀ ਥੋੜ੍ਹੀ ਜਿਹੀ ਗਰਮੀ ਦੇ ਕਾਰਨ ਹੋ ਸਕਦਾ, ਅਤੇ ਬਾਕੀ ਗਾਈਆਂ ਦਾ ਸੇਵਾ 'ਤੇ ਹੁੰਦਾ, ਸੇਵਾ ਨਾਲ ਦੁੱਧ ਵੱਧ ਵੀ ਦੇ ਦਿੰਦੇ। ਅਤੇ ਜਿਹਨੂੰ ਪਸੰਦ ਆਉਂਦੀ ਹੈ ਤੁਸੀਂ ਆਪਦੀ ਤਸੱਲੀ ਕਰਕੇ ਇੱਥੇ ਗੱਲਬਾਤ ਕਰਕੇ ਰੇਟ ਕਨਫਰਮ ਕਰ ਸਕਦੇ ਹੋ, ਅਤੇ ਆਪਦੀ ਤਸੱਲੀ ਕਰਕੇ ਅਤੇ ਤੁਸੀਂ ਗਾਂ ਨੂੰ ਖਰੀਦ ਸਕਦੇ ਹੋ। ਤੁਸੀਂ ਦੂਸਰੀ ਸਾਈਡ ਤੋਂ ਦੇਖ ਸਕਦੇ ਹੋ, ਬੱਚਾ ਵੀ ਦੇਖ ਸਕਦੇ ਹੋ, ਫੇਸ ਕੁਆਲਿਟੀ ਦੇਖ ਸਕਦੇ ਹੋ, ਬਾਡੀ ਬਣਤਰ ਇਹਦੀ ਦੇਖ ਸਕਦੇ ਹੋ। ਅਤੇ ਥਾਣ ਲੇਵੇ ਦੀ ਸਾਫ਼ ਹੈਗੀ ਪੂਰੀ, 14-15 ਲੀਟਰ ਦੁੱਧ ਤਿਆਰ ਹੈਗਾ, ਅਤੇ 20-22 ਕੁ ਦੇ ਦੂਗੀ। ਅਤੇ ਥਾਣ ਬਹੁਤ ਵਧੀਆ ਹੈਗੇ, ਬਾਕੀ ਵਿੱਥੀ ਵੀ ਚੰਗੀ ਹੈਗੀ। ਅਤੇ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ, ਬਾਕੀ ਤੁਹਾਨੂੰ ਆਪਾਂ ਇੱਧਰਲੇ ਪਾਸੇ ਦੁਬਾਰੇ ਦਿਖਾ ਦਿੰਦੇ। ਇੱਧਰਲੇ ਪਾਸੇ ਦੇਖ ਸਕਦੇ ਹੋ, ਥਾਣ ਬਹੁਤ ਵਧੀਆ ਹੈਗੀ, ਅਤੇ ਜੋ ਮਿਲਕ ਵੇਨ ਆਉਂਦੀ ਉਹ ਵੀ ਚੰਗੀ ਆਉਂਦੀ ਹੈ, ਅਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ। ਤੁਹਾਨੂੰ ਆਪਾਂ ਤੋਰ ਕੇ ਨਹੀਂ ਦਿਖਾਉਂਦੇ ਗੇ, ਕਿਉਂਕਿ ਘਰ ਹੈ ਨਹੀਂ ਕੋਈ, ਅਤੇ ਇਸ ਲਈ ਤੁਹਾਨੂੰ ਆਪਾਂ ਤੋਰ ਕੇ ਨਹੀਂ ਦਿਖਾ ਸਕਦੇ ਗੇ। ਅਤੇ ਜਿਹਨੂੰ ਪਸੰਦ ਆਉਂਦੀ ਆ ਅਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਇੱਕ ਵਾਰੀ ਤੁਸੀਂ ਫੇਰ ਦੇਖ ਸਕਦੇ ਹੋ, ਦੋਵੇਂ ਪਾਸਿਆਂ ਤੋਂ ਤੁਹਾਨੂੰ ਆਪਾਂ ਦਿਖਾ ਦਿੰਦੇ ਹਾਂ। ਅਤੇ ਜਿਹਨੂੰ ਵੀ ਪਸੰਦ ਆਉਂਦੀ ਤੁਸੀਂ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹੋ। ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ।